ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਮੇਰੇ ਨਾਲ ਮੇਰਾ ਵੀਰ ਗੋਪੀ ਸਰਪੰਚ ਸਾਹਿਬ ਇਹਨਾਂ ਦੇ ਪਿੰਡ ਪੋਲੋ ਮਾਜਰੇ ਜੀ 27 ਤੇ 28 ਜਨਵਰੀ ਨੂੰ ਅਸੀਂ ਦੂਜਾ ਕਬੱਡੀ ਕੱਪ ਕਰਾ ਰਹੇ ਹਾਂ ਜੀ ਉੱਲਾ ਖੜੇ ਲੱਗਣਗੇ ਜੀ ਉੱਥੇ ਬਹੁਤ ਸਾਰੇ ਕਲਾਕਾਰ ਆ ਰਹੇ ਨੇ ਔਰ ਮੇਰਾ ਜਿਹੜਾ ਖੜਾ 28 ਤਰੀਕ ਨੂੰ ਲੱਗੂਗਾ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ अपने ट्रैक्टर स्कूटर जिदा भी तुम्हें पहुंचना उसे जरूर पहुंचो। 27-28 टूरनामेंट करवा रहे हैं और 28 तरीक न मैं इस टूरनामेंट के शाम को परफॉर्म करने वास्ते आ रहा और मैं इतों बिना साढ़े वीर गिप्पी गरेवाल जैसी बैंस भाई और शहरीमान असी फाइनल डे ते आ रहे हैं। उस तो 27 तरीक न साढ़े होर भी सज्जन जस्सी वीर होनी अपने बब्बल भाई होनी सारे ने आ रहे हैं। ਜਿਹੜਾ ਟੂਰਨਾਮੈਂਟ ਹੋਇਆ ਸੀ ਉਹਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ ਇਸ ਵਾਰੀ ਉਸ ਤੋਂ ਵੀ ਜ਼ਿਆਦਾ ਵੱਧ ਚੜ੍ਹ ਕੇ ਵੀ ਹਾਈ ਲੈਵਲ ਦਾ ਹੋ ਰਿਹਾ ਸਾਰਾ ਤੇ ਬਹੁਤ ਜ਼ਿਆਦਾ ਸਾਰੇ ਤੁਹਾਡੇ ਫੇਵਰੇਟ ਸਟਾਰ ਆ ਰਹੇ ਦੂਜਾ ਕਬੱਡੀ ਕੱਪ ਤੇ ਤੋਂ ਸਾਰਿਆਂ ਨੇ ਹੁਮ ਹੁਮ ਆ ਕੇ ਜ਼ੋਰਾਂ ਸ਼ੋਰਾਂ ਨਾਲ ਜ਼ਰੂਰ ਪਹੁੰਚਣਾ। ਇਸ ਵਾਰ ਬਾਈ ਗੋਪੀ ਬਾਈ ਉਹਨੇ ਸੈਕਿੰਡ ਕਬੱਡੀ ਕੱਪ ਕਰਵਾ ਰਹੇ ਨੇ ਸੋ ਤੁਸੀਂ ਵੀ ਪਲੀਜ਼ ਪਹੁੰਚਿਓ ਤੇ ਆਪਾਂ ਉੱਥੇ ਦਰਸ਼ਨ ਕਰ ਲਵਾਂਗੇ। ਸਾਰੇ ਨੂੰ ਵੱਡਾ ਧੰਨਵਾਦ ਤੇ ਪਹੁੰਚਣ ਲਈ ਹੁਮ ਹੁਮ ਆ ਕੇ ਪਹੁੰਚੋ ਜੀ 27-28 ਜਨਵਰੀ। ਮਸਤ ਬਣਾ ਦੇਣਗੇ ਬੀਬਾ ला देंगे बीबा ना जाई मस्ता दे वेड़े मस्त बना देंगे बीबा ਤੁਸੀਂ ਸਾਰੇ ਹੋਮਾ ਪਾ ਕੇ ਮੇਲੇ ਦੀ ਰੌਣਕ ਨੂੰ ਵਧਾਓ ਸੋ ਸਾਰੇ ਤੁਸੀਂ ਪਹੁੰਚਾ ਸਾਡੇ ਸਾਰੇ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸੂਚਨਾ ਇਹ ਹੈ ਕਿ ਪਿੰਡ ਪੋਲੋ ਮਾਜਰਾ 27 ਔਰ 28 ਜਨਵਰੀ ਨੂੰ ਜਿਸ ਨੂੰ ਲੈ ਕੇ ਆ ਰਿਹਾ ਸਾਡਾ ਵੀਰ ਬਾਈ ਗੋਪੀ ਸਰਪੰਚ ਸੋ ਆਪ ਸਾਰਿਆਂ ਨੂੰ ਇਸ ਮੇਲੇ ਵਿੱਚ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।